ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਹੋ ਜਾਂਦਾ ਤੁਹਾਡਾ ਸਵਾਗਤ ਅੱਜ ਦੇ ਇੱਕ ਨਵੇਂ ਬਲੌਗ ਦੇ ਵਿੱਚ। ਅਸੀਂ ਆਏ ਹੋਏ ਹਾਂ ਪੇਕੇ ਪਿੰਡ, ਅਤੇ ਗੁੱਡ ਮਾਰਨਿੰਗ ਤੋਂ ਲੈ ਕੇ ਗੁੱਡ ਨਾਈਟ ਵੀ ਆਪਣੀ ਹੈ ਨਾ ਹਰਿਆਲੀ ਜੀ ਹੁੰਦੀ ਹੈ, ਕਿਉਂਕਿ ਆਪਣਾ ਇੱਥੇ ਖੇਤਾਂ 'ਚ ਘਰ ਹੈਗਾ। ਅਤੇ ਇਹ ਦੇਖੋ ਜੀ, ਟੋਟਲੀ ਆਪਣੇ ਖੇਤ ਨੇ ਹੈ ਨਾ ਸਾਰੇ, ਅਤੇ ਇੱਥੇ ਝੋਨਾ ਬੀਜਿਆ ਹੋਇਆ। ਝੋਨਾ ਵਧੀਆ ਹੈਗਾ, ਕੋਈ ਉਹ ਨਹੀਂ ਹੈਗਾ ਹੈ ਨਾ, ਬਸ ਥੋੜ੍ਹੇ ਜਿਹੇ ਦਿਨਾਂ ਤੱਕ ਫਸਲ ਆ ਜੂਗੀ। ਦੇਖ ਲਓ, ਇਹ ਉਹੀ ਖੇਤ ਨੇ ਮਾਲਵਾ ਬੈਲਟ ਦੇ ਜਿੱਥੇ ਟੋਟਲੀ ਸਾਰੇ ਥਾਂ 'ਤੇ ਨਰਮਾ ਲੱਗਦਾ ਹੁੰਦਾ ਸੀ ਹੈ ਨਾ, ਅਤੇ ਨਰਮਾ ਇੰਨਾ ਜ਼ਿਆਦਾ ਨਰਮਾ ਚੁਗਣਾ ਹੈ ਨਾ ਸਾਰਿਆਂ ਨੇ, ਇੰਨਾ ਮਜ਼ਾ ਆਉਣਾ। ਮੈਂ ਛੋਟੀ ਜਿਹੀ ਹੁੰਦੀ ਸੀ ਜਦੋਂ ਖੇਤ, ਮੈਂ ਵੀ ਝੋਲੀ ਕਹਿ ਦਿੰਦੀ ਬੰਨ ਦਿਉ, 20-25 ਕਿਲੋ ਤਾਂ ਮੈਂ ਵੀ ਚੁਗ ਦਿੰਦੀ ਸੀ। ਅਤੇ ਹੁਣ ਦੇਖ ਲਓ, ਕਿਸੇ ਦੇ ਖੇਤ 'ਚ ਤੁਹਾਨੂੰ ਨਰਮਾ ਨਹੀਂ ਦਿਸੂਗਾ। ਦੂਰ ਦੂਰ ਤੱਕ ਜਿਹੜੇ ਹੋਰ ਵੀ ਗਵਾਂਢੀਆਂ ਦੇ ਖੇਤ ਨੇ ਉਹ ਦੇਖ ਲਓ ਤਾਂ, ਪਰ ਜ਼ਿਆਦਾ ਦੂਰ ਨੇ ਗੇ, ਕਿਸੇ ਦੇ ਖੇਤ 'ਚ ਨਰਮਾ ਨਹੀਂ ਦਿਸੂਗਾ। ਪਰ ਅਸੀਂ 2 ਕਿੱਲੇ ਬੀਜੇ ਹੋਏ ਨੇਗੇ, ਐਂ ਹੋ ਜਾਂਦਾ ਜੀ ਵੀ ਖੇਤੀ ਕਰਦੇ ਹਾਂ ਹੈ ਨਾ, ਛਟੀਆਂ ਵਗੈਰਾ ਵਧੀਆ ਕੰਮ ਸਰ ਜਾਂਦਾ ਹੈਗਾ। ਅਤੇ ਆਹ ਦੇਖੋ, ਆ ਧਾਈ ਵੀ ਇਹ ਕੋਈ ਬੀਜ ਦਾ ਫਰਕ ਲੱਗਦਾ ਜੀਰੀ ਦਾ। ਹਰੀ ਕ੍ਰਾਂਤੀ ਨੇ ਦਿੱਤਾ ਵੀ ਬਹੁਤ ਕੁਛ ਆ, ਪਰ ਪਹਿਲਾਂ ਸਾਡੀਆਂ ਬੇਬੀਆਂ ਦੇ, ਮਾਵਾਂ ਭੈਣਾਂ ਦੇ ਹੈ ਨਾ ਗੋਡੇ ਗੁੱਡੇ ਵੀ ਨਹੀਂ ਦਿਖਦੇ ਹੋਣੇ, ਪਰ ਹੁਣ ਜਦੋਂ ਦੇ ਹੈ ਨਾ ਰੇਹਾਂ ਸਪਰੇਹਾਂ, ਹੁਣ ਹਰੇਕ ਚੀਜ਼ ਦੇ ਵਿੱਚ ਰੇਹ ਸਪਰੇਹ ਆ, ਕੋਈ ਵੀ ਚੀਜ਼ ਐਵੇਂ ਦੀ ਨਹੀਂ ਹੈਗੀ ਜਿੱਥੇ ਇਹ ਚੀਜ਼ਾਂ ਨਾ ਹੋਣ ਹੈ ਨਾ। ਅਤੇ ਦੇਖੋ, ਸਵੇਰ ਬਹੁਤ ਸੋਹਣੀ ਹੁੰਦੀ ਹੈ ਖੇਤਾਂ ਦੀ, ਕਿੰਨੀ ਪਿਓਰ ਜਿਹੜੀ ਆਕਸੀਜਨ ਸਾਨੂੰ ਮਿਲਦੀ ਹੈ, ਕੋਈ ਸ਼ਾਂਤ ਇਨਵਾਇਰਮੈਂਟ ਆ। ਦੇਖੋ, ਥੋੜ੍ਹਾ ਲੇਟ ਹੋ ਗਈ ਵਲੌਗ ਬਣਾਉਂਦੀ, ਧੁੱਪ ਥੋੜ੍ਹੀ ਜਿਹੀ ਚੜ੍ਹਿਆਈ, ਸਰਦੀਆਂ ਜਿਹੀਆਂ ਦੀ ਧੁੱਪ ਲੱਗਦੀ ਆ ਹੈ ਨਾ, ਹੁਣ ਤਾਂ ਇੱਥੋਂ ਜੇ ਸੂਰਜ ਚੜ੍ਹਦਾ ਆਪਣੇ ਉਹ ਪਰਲੇ ਖੇਤ ਨੇ ਉੱਧਰ, ਅਤੇ ਆਪਣੇ ਜੀ ਇੱਧਰ ਘਰੇ ਮਿਸਤਰੀ ਲੱਗਿਆ ਹੋਇਆ, ਪਹਿਲਾਂ ਹੈ ਨਾ ਕੋਠੀ ਪਾਈ ਹੋਈ ਸੀ, ਹੁਣ ਪਲਸਤਰ ਕਰੀ ਜਾਂਦੇ ਨੇਗੇ। ਦੇਖੋ ਜੀ, ਹੈ ਨਾ ਪੇਕਿਆਂ ਦੇ ਘਰਾਂ ਦਾ ਚਾਅ ਕੀ ਇਹਨੂੰ ਨਹੀਂ ਹੁੰਦਾ, ਹਰੇਕ ਕੁੜੀ ਨੂੰ ਆਪਦੇ ਪੇਕਿਆਂ ਦਾ ਚਾਅ ਹੁੰਦਾ ਹੈਗਾ ਹੈ ਨਾ। ਅਤੇ ਆਪਾਂ ਕੰਮ ਸਮਾਨ ਜਿਹਾ ਪਿਆ ਗਾ ਮਿਸਤਰੀਆਂ ਦਾ ਹੈ ਨਾ, ਕੱਲ ਇੰਨਾ ਕੁ ਕੰਮ ਕੀਤਾ, ਆਹ ਕਿੱਲਾ ਪੂਰੀ ਇੱਕ ਦਿਹਾੜੀ ਲੱਗ ਗਈ। ਉਹ ਮਾਸੀ ਗੁਫਾ ਸਿੱਟੀ ਜਾਂਦੀ ਆ, ਸੀਰੀ ਆ ਬਾਈ ਚਰਨਾ, ਤੇ ਗੁਰਸਿਫਤ ਇੱਥੇ ਖੇਡੀ ਜਾਂਦੀ ਆਪਦੇ ਮਾਮੇ ਹੁਣਾਂ ਨਾਲ। ਦੂਜੇ ਦਿਨ ਜੀ ਮੇਰੇ ਚਾਚੇ ਦੀ ਕੁੜੀ ਹੈ ਇਹ ਹੈ ਨਾ ਖੇਤਾਂ 'ਚ, ਇਹਨਾਂ ਦਾ ਵੀ ਘਰ ਹੈਗਾ। ਮੈਂ ਜਦੋਂ ਵੀ ਪਿੰਡ ਜਾਵਾਂ ਨਾ, ਇਹ ਮੇਰਾ ਇੰਨਾ ਜ਼ਿਆਦਾ ਬਹੁਤ ਕਰਦੀਆਂ ਨੇ ਵਿਚਾਰੀਆਂ, ਮੈਨੂੰ ਮਿਲਣ ਜ਼ਰੂਰ ਆਉਂਦੀਆਂ ਹੈ ਨਾ। ਗੁਰਸਿਫਤ ਦੇ ਨਾਲ ਵੀ ਵਧੀਆ ਇਹ 2-3 ਦਿਨ ਹੈ ਨਾ ਸਾਡੇ ਕੋਲ ਰਹੀ, ਗੁਰਸਿਫਤ ਦਾ ਵਧੀਆ ਜੀਅ ਲੱਗ ਜਾਂਦਾ ਹੈਗਾ ਇਹਦੇ ਨਾਲ। ਅਤੇ ਸਾਡੇ ਪਿੰਡ 'ਚ ਸੱਚੀ ਮੇਰੇ ਪਿਆਰ ਹਜੇ ਵੀ ਬਰਕਰਾਰ ਨਹੀਂ। ਅੱਜ ਕੱਲ੍ਹ ਆਪਾਂ ਦੇਖੀ ਜਾਂਦੇ ਹਾਂ ਕੌਣ ਕਿਸੇ ਦੇ ਘਰ ਇੰਨਾ ਜਾਂਦਾ ਆਉਂਦਾ ਹੈਗਾ, ਕਿਸੇ ਨੂੰ ਇੰਨਾ ਨਹੀਂ ਚਾਅ ਨਹੀਂ ਹੁੰਦਾ ਕਿਸੇ ਨੂੰ ਅੱਜ ਕੱਲ੍ਹ, ਪਰ ਮੇਰਾ ਤਾਂ ਗੁਰਸਿਫਤ ਦਾ ਸਾਰੇ ਬਹੁਤ ਜ਼ਿਆਦਾ ਚਾਅ ਕਰਦੇ ਨੇ ਜਦੋਂ ਅਸੀਂ ਪਿੰਡ ਜਾਂਦੀ ਹਾਂ ਹੈ ਨਾ। ਤਾਂ ਜਦੋਂ ਆਪਣਾ ਕੋਈ ਖਿਆਲ ਰੱਖਦਾ ਜੀ, ਫਿਰ ਆਪਾਂ ਵੀ ਉਹਨਾਂ ਰਿਸ਼ਤੇਦਾਰਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਹੈਗੇ ਹੈ ਨਾ ਕਰਨ ਨੂੰ, ਕਰਾਉਣ ਅੱਜ ਕੱਲ੍ਹ ਤਾਂ ਜੇ ਕੋਈ ਕਰਦਾ ਤਾਂ ਠੀਕ ਹੈ, ਨਹੀਂ ਬਸ ਵਾਹਿਗੁਰੂ ਕਹਿੰਦੇ ਨੇ, ਸਤਿ ਸ਼੍ਰੀ ਅਕਾਲ ਹੈਗੀ, ਬਸ ਠੀਕ ਹੈ ਜੀ ਹੈ ਨਾ। ਇਹੀ ਦੁਨੀਆਦਾਰੀ ਹੈਗੀ ਰਿਸ਼ਤੇ ਨਾਤੇ, ਜਿੰਨਾ ਕਹਿੰਦੇ ਗੁੜ ਪਾਵਾਂਗੇ ਉਨੇ ਮਿੱਠਾ ਹੁੰਦਾ ਗਾ, ਇੱਕ ਪਾਸਿਓਂ ਇਕੱਲਾ ਗੁੜ ਪਾਈ ਜਾਈਏ ਦੂਜੇ ਪਾਸਿਓਂ ਇਕੱਲਾ ਲੂਣ ਪਾਈ ਜਾਵੇ ਫਿਰ ਵੀ ਨਹੀਂ ਉਹ ਗੱਲ ਬਣਦੀ। ਅਤੇ ਇੱਧਰ ਟੈਂਕੀ ਰੱਖਣ ਲਈ ਬਣਾ ਤਾ ਹੈ ਨਾ, ਅਤੇ ਜਦੋਂ ਨੂੰ ਅਸੀਂ ਆਏ ਪਿੰਡੋਂ ਹੈ ਨਾ, ਹੁਣ ਆ ਚੁੱਕੇ ਹੈਗੇ, ਸੋਰੀ ਆ ਗਈ ਮੈਂ, ਅਤੇ ਉਦੋਂ ਤੱਕ ਇੱਧਰ ਕਾਫੀ ਕੰਮ ਹੋ ਗਿਆ ਸੀਗਾ। ਵੀਡੀਓ ਥੋੜ੍ਹੀ ਜਿਹੀ ਬਾਅਦ ਦੇ ਵਿੱਚ ਐਡਿਟ ਕੀਤੀ ਹੈਗੀ ਨਾ,
ਖੇਤਾਂ 'ਚ ਘਰ ਹੋਣ ਦੇ ਫਾਇਦੇ ਵੀ ਬਹੁਤ ਹੁੰਦੇ ਆ ਅਤੇ ਨੁਕਸਾਨ ਵੀ ਬਹੁਤ ਹੁੰਦੇ ਆ ਨਾ। ਪਹਿਲਾਂ ਤਾਂ ਆਪਾਂ ਆਪਦੇ ਨੇੜੇ ਦੇ ਲੋਕਾਂ ਤੋਂ ਦੂਰ ਹੋ ਜਾਂਦੇ ਹਾਂ ਨਾ, ਪਰ ਆਪਾਂ ਆਪਦੀ ਜ਼ਮੀਨ ਦੇ ਨੇੜੇ ਹੁੰਦੇ ਹਾਂ, ਖੇਤ 'ਚ ਕੋਈ ਮਰਜ਼ੀ ਫਸਲ ਲਗਾਓ। ਅਤੇ ਆਹ ਜਿਹੜੀ ਆ ਮਸ਼ੀਨ ਜੀ ਨਾ, ਤਾਂ ਮੈਨੂੰ ਕਮਾਲ ਹੀ ਲੱਗੀ, ਥੱਲੇ ਬਜਰੀ ਬੁਜਰੀ ਜਿਹੜਾ ਹੈ ਨਾ, ਇੱਟਾਂ ਉੱਟਾਂ ਰੱਖਣੀਆਂ ਨੇ ਕੁਛ ਵੀ ਹੈਗਾ, ਉਹ ਜਾਲੀ ਦੇਖੋ ਕਿੰਨੀ ਸੋਹਣਾ ਵੱਖਰਾ ਜਿਹਾ ਡਿਜ਼ਾਇਨ ਹੈ ਨਾ। ਇਹ ਅੱਜ ਤੋਂ ਕਾਫੀ ਸਾਲ ਪਹਿਲਾਂ ਚੱਲਦਾ ਹੁੰਦਾ ਸੀ, ਹੁਣ ਫਿਰ ਟ੍ਰੈਂਡਿੰਗ ਦੇ ਵਿੱਚ ਆ ਗਿਆ ਹੈ ਨਾ, ਹਰੇਕ ਆਪਦੇ ਘਰਾਂ ਦੇ ਵਿੱਚ ਇਹੀ ਲਾ ਰਹੇ ਨੇ। ਇੱਕ ਪਾਸੇ ਲਾਤਾ ਸੀ ਸਾਡੇ ਆਉਣ ਤੱਕ, ਅਤੇ ਇਲੈਕਟ੍ਰੋਨਿਕ ਮਸ਼ੀਨ ਹੈਗੀ ਇਹ, ਅਤੇ ਇੱਧਰ ਆਪਣੇ ਮੱਝਾਂ ਖੜੀਆਂ ਨੇਗੀਆਂ, ਅਤੇ ਆਹ ਦੇਖੋ ਆਹ ਸਮਿੰਟ ਦਾ, ਹੁਣ ਸਮਿੰਟਡ ਚੀਜ਼ਾਂ ਜ਼ਿਆਦਾ ਚੱਲਣ ਲੱਗ ਗਈਆਂ ਹੈ ਨਾ। ਪਹਿਲਾਂ ਇੱਕ ਟਾਈਮ ਜਿਹਾ ਟ੍ਰੈਂਡ ਚੱਲਿਆ ਸੀ ਲੋਹੇ ਦੀਆਂ ਜਾਲੀਆਂ ਜੀ ਹੈ ਨਾ, ਬਨੇਰੇ ਦੇ ਹਰੇਕ ਲਾਉਣ ਲੱਗ ਗਿਆ ਸੀ, ਹੁਣ ਆਹ ਜਿਹਾ ਚੱਲ ਪਿਆ। ਇਹਦੇ ਜਾਲੀਆਂ ਲਾਉਣ ਤੋਂ ਬਾਅਦ ਨਾ ਉੱਪਰ ਇੱਕ ਜਿਵੇਂ ਪੱਤੀਆਂ ਜਿਹੀਆਂ ਹੁੰਦੀਆਂ ਨੇ ਡਿਜ਼ਾਇਨ ਦੀਆਂ ਹੈ ਨਾ, ਪੱਤਾ ਜਿਹਾ ਹੁੰਦਾ ਗਾ, ਪੱਤੇ ਦਾ ਡਿਜ਼ਾਇਨ ਜਿਹਾ ਸੀਗਾ, ਅਤੇ ਮੈਂ ਜਿਸ ਕਾਰਨ ਨੂੰ ਆਖਿਆ ਸੀਗਾ ਵੀ ਐਵੇਂ ਕਰੀ ਮੈਨੂੰ ਵੀਡੀਓ ਭੇਜ ਦੀ। ਲਓ ਜੀ ਪਿੰਡ ਅਸੀਂ ਆ ਗਏ, ਆਹ ਸਾਡੇ ਬੈਗ ਨੇ ਜੀ, ਗੁਰਸਿਫਤ ਦਾ ਬੈਗ ਅਤੇ ਮੇਰਾ ਬੈਗ ਹੈ ਨਾ। ਅਤੇ ਗੁਰਸਿਫਤ ਆਉਣ ਸਾਰ ਆਪਦੀ ਦਾਦੀ ਨਾਲ ਖੇਡਣ ਲੱਗ ਗਈ, ਦਾਦੀ ਪੋਤੀ ਭਾਈ 8 ਦਿਨਾਂ ਬਾਅਦ ਮਿਲੀਆਂ ਸੀ ਹੈ ਨਾ, ਦਾਦੀ ਪ੍ਰੇਮ ਤਾਂ ਜਾਗਦਾ ਹੀ ਆ, ਆਉਣ ਸਾਰ ਚੋਕਲੇਟ ਸ਼ੁਰੂ ਹੋ ਗਏ। ਚੱਲ 1-2 ਦਿਨ ਹੀ ਦੇਊਂਗੀ ਵੈਸੇ ਮੈਂ ਇੱਥੇ ਚੋਕਲੇਟ ਇਹਨੂੰ ਹੁਣ, ਚੱਲ ਫਿਰ ਤਾਂ ਬੰਦ ਹੀ ਨੇ ਹੈ ਨਾ, ਫਿਰ ਤਾਂ ਦੁਕਾਨ ਦੀ ਕੋਈ ਵੀ ਚੀਜ਼ ਨਹੀਂ ਦਿੰਦੇ ਇਹਨੂੰ ਖਾਣ ਨੂੰ। ਖਾਣ ਸਾਰ ਫਿਰ ਮੰਮੀ ਇਹਨੂੰ ਕਹਿੰਦੇ ਵੀ ਚੱਲ ਆਪਦੇ ਦਾਦੂ ਨੂੰ ਦਿਆ ਹੈ ਨਾ ਥੋੜ੍ਹਾ ਜਿਹਾ, ਦੇਖੋ ਕਿਵੇਂ ਭੱਜੀ ਜਾਂਦੀ ਹੈਗੀ। ਅਤੇ ਇਸ ਤੋਂ ਬਾਅਦ ਜੀ ਦੇਖੋ ਜਦੋਂ ਸੱਸ ਨੂੰ ਇਕੱਠੀਆਂ ਹੋ ਜਾਂਦੀਆਂ, ਦੋ ਪੇਕਿਆਂ ਦੀਆਂ, ਦੋ ਇੱਥੋਂ ਦੀਆਂ ਹੈ ਨਾ ਗੱਲਾਂ ਬਾਤਾਂ, ਉਹ ਘਰੇ ਰੱਬ ਵੱਸਦਾ ਜਿੱਥੇ ਆਪਾਂ ਇਕੱਠੇ ਬਹਿ ਕੇ ਆਪਸ 'ਚ ਗੱਲਾਂ ਬਾਤਾਂ ਕਰਦੇ ਹਾਂ, ਸਭ ਤੋਂ ਜ਼ਰੂਰੀ ਅੱਜ ਦੇ ਟਾਈਮ 'ਚ ਮੈਂ ਤਾਂ ਇਹੀ ਸੋਚਦੀ ਹੈਗੀ। ਅਤੇ ਜੀ ਅਸੀਂ ਨਾ ਪਿੰਡੋਂ ਕੁਛ ਕੁ ਸਬਜ਼ੀ ਲੈ ਆਏ ਸੀਗੇ, ਕੱਦੂ ਵਗੈਰਾ ਹੈ ਨਾ, ਕਿਚਨ ਦੀ ਸਬਜ਼ੀ ਦੀ ਰੀਸ ਜਿਹੜੀ ਬਾਜ਼ਾਰ ਦੀ ਸਬਜ਼ੀ ਤਾਂ ਕਰ ਹੀ ਨਹੀਂ ਸਕਦੀ ਗੀ, ਸ਼ਾਮ ਦਾ ਵੇਲਾ ਹੋ ਗਿਆ ਸੀ। ਇਸ ਤੋਂ ਬਾਅਦ ਜੀ ਮੈਂ ਮੋਟਰ ਛੱਡ ਲਈ ਟੈਂਕੀ ਭਰਨ ਦੇ ਲਈ ਹੈ ਨਾ, ਝੂਲੇ 'ਤੇ ਬੈਠ ਗਈ ਕੁਛ ਟਾਈਮ ਦੇ ਲਈ, ਅਤੇ ਜਿਹੜੀ ਉੱਪਰ ਨਾ ਚਾਦਰ ਸੀਗੀ ਉਹ ਚਾਦਰ ਲਾ ਦਿੱਤੀ, ਤਾਂ ਜੋ ਵੀ ਹੁਣ ਸਰਦੀਆਂ ਦਾ ਮੌਸਮ ਆ ਗਿਆ ਇਸ ਕਰਕੇ। ਅਤੇ ਇਹ ਸੀ ਸਾਡਾ ਨਿੱਕਾ ਜਿਹਾ ਬਲੌਗ, ਕਿਹੋ ਜਿਹਾ ਲੱਗਿਆ ਜ਼ਰੂਰ ਦੱਸਿਓ, ਫਿਰ ਮਿਲਦੇ ਇੱਕ ਨੈਕਸਟ ਬਲੌਗ ਦੇ ਵਿੱਚ, ਤਦ ਤੱਕ ਲਈ ਸ਼ੁਕਰੀਆ।